हाल चाल है? उम्मीद करती हां वधिया ठीक ठाक हो तुसी सारे ही। ते बड़े जोश नाल बोल रहे पता नहीं। ते अज असि बाहर चले हां, बाहर बहुता मतलब कि किथे चले हां ये तुहानू दसांगे। फिलहाल तुसी गैस करो, असि जाना है एक वधिया जिदा कि पुरानियां चीजां दिखावांगे जनाब। और तुसी गैस करो है, दसोगे तो ताही है ना। मैं तां उदां ही कहंदी पई आ, गैस की करना। मैं गैस तुहानू माड़ा जिहा दसदी आ, मतलब कि गैस असि पुरानियां चीजां दिखाणियां तुहानू अज, पुरानियां बहुत समें दीआं, बहुत ज्यादा पुराने टाइम दीआं। उहनू की कह सकदे आ, उहनू कहंदे आ 100 साल तों वी पुरानियां चीजां जिहड़ियां होंदियां ना, उह चीजां आ। हां, उहनू म्यूजियम इत्थे देखदे आ। अज तुहानू इक म्यूजियम फिर दिखा रहे आ, वधिया जिहा उत्थे देखांगे। कैमरामैन चेंज हो गया क्योंकि ए ना बांह इहदी थक गई, कहिंदी मेरी बांह दुखण डई है। मैं कहा तुसीं करो कैमरा, हुण इहनां नूं फड़ लिया, बांह थक ही जांदी है। ते हुण असीं चले आ बाहर, ज्यादा ना गल्लां करदे होए। तू इदा कर भी चलिए बाहर, उथे जाके जो भी इन्हां नूं दिखाना उथे जाके उहनां नूं पता लग जाना सारा ही। ते असीं दस दे दित्ता, हुण म्यूजियम देखना है ते तुसीं भी देखियो, असीं भी देखांगे की की चीजां उथे पुरानियां। चलो फिर तुम दरवाजा दरवाजा खोलो ते चलिए बाहर। असि आए हैं म्यूजियम च, जिदा तुम दसिया खेत जो अज तो मेरे पंद्रह चीजा पता नहीं पुरानी की रखे आदको। घड़े हां जिदा घड़े ओही चीजा ना छोटे छोटे इदा सामभ के रखी आदको। उन्होंने थोड़ा थोड़ा समान जिदा पहले का इदा दे, पहला ਘੜੇ ਜੇ ਕੁਛ ਟਾਈਪ ਦੇ ਸੀਗੇ ਮਿੱਟੀ ਦਾ ਸਮਾਨ। ਅੱਜ ਤੋਂ ਨਾ 20 ਸਾਲ ਪਹਿਲਾਂ ਇਦਾਂ ਸੀਗਾ, ਇੱਥੇ ਇਹਦੇ ਬਾਹਰਲੀ ਸਾਈਡ ਤੇ ਨਾ ਇਦਾਂ ਦੀ ਜਗ੍ਹਾ ਸੀ ਇਹ। ਤੁਹਾਨੂੰ ਪਤਾ ਹੈ? ਹਾਂ ਹਾਂ, ਮੈਂ ਇੱਥੇ ਦੇਖਿਆ, ਮੈਂ ਇੱਥੇ ਦੇਖਿਆ। ਹਾਂ, ਇਦਾਂ ਨਹੀਂ ਦੇਖਿਆ। ਇਹਨਾਂ ਨੂੰ ਤਾਂ ਹੋ ਗਏ ਕਿੰਨੇ ਸਾਲ? 20-21 ਸਾਲ ਹੋ ਗਏ। ਆਹ ਇੱਥੇ ਤਾਂ ਘੜਾ ਬਣਾਇਆ ਘੜੇ ਨੂੰ ਥੱਲੇ ਇਹਦਾ। ਚਲੋ ਇਧਰੋਂ ਦੇਖਦੇ ਇਧਰੋਂ। ਹਾਂ, ਜਿੱਧਰ ਮੇਰਾ ਹੱਥ ਚੱਲਦਾ ਮੈਂ ਉਧਰ ਨੂੰ ਬਣਾਉਂਦੀ ਵੀ ਹਾਂ। ਆਹ ਇਹਦਾ ਘੜੇ ਦਾ ਟੱਕਣ ਹੈ, ਉਹ ਹੁੰਦੀ ਆ ਘੜੇ ਦਾ ਨੀ, ਆਹੋ ਕੁਛ ਕਹਿੰਦੇ ਹੁੰਦੇ, ਪਤਾ ਨੀ ਕੀ ਕਹਿੰਦੇ ਹੁੰਦੇ। ਬਸ ਪਹਿਲਾਂ ਸਾਡੇ ਪਤਾ ਹੀ ਹੈ, ਉੱਥੇ ਗਏ ਤੇ ਉਹ ਉੱਪਰ ਇੱਕ ਕਿਲਾ ਸੀਗਾ। ਹਾਂ, ਉਹਦੀ ਫੋਟੋ ਹੈ ਲਾਈ, ਹਾਂ ਜਿੱਦਾਂ ਪਹਿਲਾਂ ਜਿੱਦਾਂ ਉੱਥੇ ਕਿਲੇ 'ਚ ਵੀ ਲੱਗੀ ਹੈ। ਕਿੰਨਾ ਵੱਡਾ ਘੜਾ, ਪਰ ਵਿਚਾਰਾ ਟੁੱਟਿਆ ਵੀ ਹੈ ਸਾਈਡਾਂ ਤੋਂ, ਸਾਰਾ ਕਿੱਦਾਂ ਰੱਖਿਆ ਉਹਨਾਂ ਨੇ ਸ਼ੀਸ਼ੇ ਦੇ ਅੰਦਰ। ਕਾਫੀ ਟਾਈਮ ਹੁੰਦੀਆਂ ਪੁਰਾਣੀਆਂ ਹੋਣਗੀਆਂ ਤਾਂ ਹੀ ਇੱਧਰ ਰੱਖੀਆਂ ਆ ਚਿਮਨੀਆਂ 'ਚ। ਆਹ ਦੇਖੋ, ਇਹ ਵੀ ਸਮਾਨ ਉਹੀ ਹੈ, ਸਾਰਾ ਮਿੱਟੀ ਦਾ ਹੀ ਟੁੱਟ ਗਈ ਹੈ ਵਿੱਚ, ਉਹ ਤਾਂ ਜੋੜ ਜੋੜ ਕੇ ਉਹਦੇ ਉਹਨਾਂ ਨੇ ਪੀਸ ਮੁੜ ਕੇ ਨਾ ਉਹਦੇ ਰੱਖੇ, ਜਿੱਦਾਂ ਮਿੱਟੀ ਜੁਣੀ ਕੱਢੇ ਹੁੰਦੇ ਤੇ ਉਹ ਵੀ ਉਹਦੇ ਰੱਖੇ ਵੀ ਆ। ਆ ਪਤਾ ਨਹੀਂ ਕੀ ਚੀਜ਼ ਆ, ਖੂਹ ਆ ਪਾਣੀ ਦੇ ਕਿਦਾਂ ਖੂਹ। ਦੂਜੇ ਆ ਗਏ ਦੂਜੇ ਪਾਸੇ, ਆ ਜਿੱਦਾਂ ਸਾਰਾ ਸੋਹਣਾ ਲੱਗਣ ਡਿਆ ਦੇਖਣ ਨੂੰ। ਬਸ ਇਹ ਚੀਜ਼ ਬਣਾਈ ਹੈ ਉਹਨਾਂ ਨੇ, ਪੂਰੀ ਸ਼ੀਸ਼ਾ ਦੇਖ, ਸ਼ੀਸ਼ੇ ਦੇ ਅੰਦਰ ਕਵਰ ਹੈ ਪੂਰਾ, ਚਾਰੇ ਪਾਸੇ ਸ਼ੀਸ਼ਾ ਲੱਗਿਆ ਇਹਦੇ। ਆ ਨਿੱਕੇ ਨਿੱਕੇ ਅਸੀਂ ਵੀ ਇੱਦਾਂ ਦੇ ਨਿੱਕੇ ਨਿੱਕੇ ਭਾਂਡੇ ਜੇ ਖੇਲਣ ਲਈ ਮਿੱਟੀ ਦੇ ਆਪ ਹੀ ਇੱਦਾਂ ਤਿਆਰ ਕਰਦੇ ਹੁੰਦੇ ਸੀ, ਇੱਦਾਂ ਨਿੱਕੀ ਨਿੱਕੀਆਂ ਕੋਲੀਆਂ ਅਤੇ ਉੱਪਰ ਢੱਕਣ ਗਲਾਸ ਇੱਦਾਂ ਦੇ ਬਣਾਉਂਦੇ ਹੁੰਦੇ ਸੀ। ਆਹ ਜਿਹੜੇ ਛੋਟੇ ਪਏ ਨਹੀਂ, ਇੱਦਾਂ ਦਾ ਕੁਛ ਅਸੀਂ ਬਣਾ ਕੇ ਤਿਆਰ ਕਰਦੇ ਹੁੰਦੇ ਸੀ ਖੇਲਣ ਲਈ, ਜਿਹੜੇ ਅਸੀਂ ਮਿੱਟੀ ਘੋਲ ਕੇ ਬਹਿੰਦੇ ਹੁੰਦੇ ਸੀ। ਆਪਣੇ ਯੂਰਪ ਦੇ ਮਾਰਦੀਆਂ ਸਾਰੀਆਂ ਜਿਹੜੀਆਂ ਮੇਨ ਜਗ੍ਹਾਵਾਂ ਹੈਗੀਆਂ ਇੱਥੇ ਦੇਖਣ ਵਾਲੀਆਂ, ਉਹਨਾਂ ਦੀਆਂ ਫੋਟੋਆਂ ਲਾਈਆਂ ਇੱਦਾਂ। ਬਾਕੀ ਆ ਕੁਲੈਕਸ਼ਨ ਹੈ, ਜਿੱਦਾਂ ਕਿਸੇ ਨੇ ਖਰੀਦ ਲੈਣੀ ਹੈ ਨਾ ਚੀਜ਼, ਆ 25 ਯੂਰੋ ਦੀ ਇੰਨੀ ਕੁ ਜਿਹੜੀ ਉਹ ਲੱਕੜ ਦਾ ਉਹਨਾਂ ਨੇ ਬਣਾਇਆ ਨਾ ਹੱਲ ਜਿਹੇ ਟਾਈਪ ਦਾ। ਹਾਂ, ਉੱਪਰ ਰੇਟ ਲਿਖਿਆ ਜਾਂ ਛੱਲੇ ਉਹਨਾਂ ਦੇ ਉੱਪਰ, ਮਤਲਬ ਕਿ ਇੱਥੇ ਦੀ ਮੇਨ ਚੀਜ਼ਾਂ ਦੀਆਂ ਫੋਟੋਆਂ। ਸਿੱਕੇ ਆ ਦੇਖੋ, ਆਹ ਰੱਖੇ ਪਏ ਆ ਪੱਥਰ ਦੇ, ਉਹ ਕਿੰਨਾ ਵਧੀਆ ਹੁੰਦਾ ਪੁਰਾਣੇ ਟਾਈਮ ਦਾ ਪਤਾ ਨਹੀਂ ਕਦੋਂ ਦਾ। ਆਹ ਜੋਰਤ ਦਾ ਜਿਹੜਾ ਉਹ ਪਰਲਾ ਕਿਲਾ ਹੈ, ਉਹ ਕਿਲੇ ਚ ਗਈ ਦੇਖਾ, ਅਸੀਂ ਬਾਹਰੋਂ ਬਾਹਰੋਂ ਦਿਖਾਇਆ ਸੀ, ਦੇਖਾਂਗੇ ਜੇ ਅੰਦਰ ਉਦੋਂ ਨਹੀਂ ਖੁੱਲਾ ਸੀ, ਜੇ ਹੋਏਗਾ ਖੁੱਲਾ ਤੇ ਉਹਦੀ ਵੀ ਵੀਡੀਓ ਤੁਹਾਨੂੰ ਜ਼ਰੂਰ ਸ਼ੇਅਰ ਕਰਾਂਗੇ। ਇੱਧਰ ਸਾਈਡ ਨੂੰ ਆ ਗਏ ਹਾਂ, ਅੱਜ ਜਿੱਦਾਂ ਉਹਨਾਂ ਨੇ ਦੱਸਿਆ ਕਿ ਜਿਹੜੀਆਂ ਚੀਜ਼ਾਂ ਪਹਿਲਾਂ ਥੋੜ੍ਹੀਆਂ ਵਧੀਆ ਸੀਗੀਆਂ, ਟੁੱਟੀਆਂ ਭੱਜੀਆਂ ਸੀਗੀਆਂ, ਹੁਣ ਉਹਨਾਂ ਨੇ ਥੋੜ੍ਹੀਆਂ ਖੜੀਆਂ ਕਰਕੇ ਇੱਕ ਵਧੀਆ ਚੀਜ਼ ਬਣਾ ਕੇ ਦੇਖਣ ਵਾਲੀ ਬਣਾਤੀ ਕਿ ਚਲੋ ਇੱਥੇ ਦੇਖ ਸਕਦੇ ਹਾਂ ਨਾ ਸਾਰੇ। ਕਿਲਾ ਸੀਗਾ, ਕਿਲੇ ਦੇ ਉੱਪਰ ਆਹ ਚੀਜ਼ ਸੀ, ਆਹੋ ਇੱਦਾਂ ਦਾ ਰਹਿ ਗਿਆ, ਪਰ ਹੁਣ ਉਹਨਾਂ ਨੇ ਖੜੇ ਕਰਕੇ ਤੇ ਵਧੀਆ, ਮਤਲਬ ਕਿ ਇੱਕ ਕੰਧਾ ਕੁੰਧਾ ਟਾਈਪ ਦੇ ਕੇ ਨਾ ਘਰ ਜਿਹਾ ਇੱਕ ਟਾਈਪ ਬਣਾ ਤਾ ਵੀ ਲੋਕੀ ਦੇਖ ਸਕਣ। 1925 ਦੇ ਵਿੱਚ ਇੱਦਾਂ ਦਾ ਸੀਗਾ ਐਕਟੀਵਾ, ਕਰਕੇ ਬਾਅਦ ਚੋਂ ਆ 2000-2003 ਤੋਂ ਥੋੜਾ ਉਹਨਾਂ ਨੇ ਚੇਂਜ ਕਰਨ ਲੱਗੇ ਆ ਤੇ ਉੱਤੇ ਨਾ, ਪਹਿਲਾਂ ਇੱਦਾਂ ਸੀ, ਪਹਿਲਾਂ ਇੱਦਾਂ ਸੀ, ਫਿਰ ਥੋੜਾ ਥੋੜਾ ਕਰਦੇ ਕਰਦੇ ਹੁਣ ਕਾਫੀ ਹੱਦ ਤੱਕ ਤੁਹਾਨੂੰ ਦਿਖਾਇਆ ਸੀਗਾ ਮੇਰੇ ਖਿਆਲ, ਤੇ ਬਾਹਰੋਂ ਹੀ ਦਿਖਾਇਆ ਸੀ, ਅੰਦਰੋਂ ਦਿਖਾਵਾਂਗੇ ਜੇ ਸਾਨੂੰ ਮੌਕਾ ਮਿਲਿਆ ਤਾਂ। ਚੱਲਦੇ ਹਾਂ ਹੁਣ ਉੱਪਰਲੇ ਪੋਰਸ਼ਨ 'ਚ, ਇਹ ਜਾ ਰਹੇ ਹੈ ਇੱਥੇ ਤਾਂ ਕਹਿੰਦੇ ਉੱਪਰ ਜਾ ਸਕਦੇ ਆ, ਉਹ ਤੋਂ ਉੱਪਰ ਨਹੀਂ ਜਾਣਾ, ਪਹਿਲੇ ਬੁਲਾਂਤੇ 'ਤੇ ਜਾ ਸਕਦੇ ਆ। ਪੌੜੀਆਂ ਚੜ੍ਹ ਕੇ ਥੋੜ੍ਹਾ ਸਾਹ ਚੜ੍ਹ ਗਿਆ ਅਤੇ ਇੱਧਰ ਆ ਗਏ ਆ, ਦੇਖੋ ਪੁਰਾਣੀਆਂ ਚੀਜ਼ਾਂ ਵਾਲੇ ਨਲਕਾ ਆ ਗਿਆ ਅਤੇ
बाल्टी खूह वाली ने बनाया पा जिदा खूह पानी कहना जो चरकड़ी जी होंगी पुराने टाइम दी ना पानी देन नूं बूटियां पखा जिदा ना दस्या भी किदा दे हथियार से मिट्टी चुकना जिदा पेंटिंग कर रहे बच्चे फोटो बनाई पहला दी ना ये बच्चे यानी के पोर्शन जिदा बच्चे वास्ते ना इत्थे ते काफी समान भरिया पिया ते तुसी देख लो ये की चीजा है सानू भी इन्नी नॉलेज तो है नहीं क्योंकि जो म्यूजियम है तो सारिया चीजा पुरानी ही होनी ते ओ देखो उपर की रखे बैग जा इन्हू ज्यादा इन्हों ज्यादा पता क्योंकि पुराने समय के बंदे सारा कुछ तुम अज डिटेल ना जानकारी देंगे जनाब और इन्हों ज्यादा पता है ढोलकी है खरे थोड़ा थोड़ा मेनू हाँ ढोलकी नहीं है वो सच हाँ लग गया पता बीनू ढोलकिया तो दसन डी हाँ थोड़ा हाँ शैनी हाँ ठीक है जी ठीक है जी बाकी हाँ पता नहीं जो भी है छोटे छोटे औजार की घोड़े का हथ घड़ी जी पैर घड़ी कुछ घड़ी जी ले लो यूरोप ची गलेल बच्चे दिखा सकते गलेल इदा दी भी होंगी पुराने टाइम जी ये भी सकंजा है खोल देंगे कोई जानवर या कोई चीज है इन्हां नूं बहुत ज़्यादा जानकारी है सर्च कर लो फिर मैं तो बनाती पई हाँ वीडियो तो तुम दिखाई चो सारे सारे औजार लकड़ नाल साइडां ते लकड़ है केड़े केड़े लकड़ है आ भी देखो उपर भी दस्सिया केड़ी लकड़ है आ देखो आ नाम लिखे लकड़ां दे सारे तुम बापू पढ़ लियो कहंदे अपनी पढ़ लियो बाकी क्योंकि ज्यादा लंबी नहीं वीडियो बनानी ते ये सारे ने किन्ने किस्म दी ना वो शैंपियन हुंदी ना खुंबा खुंबा कहंदे किन्ने किस्म दी खुंबा हुंदी ना सारे किस्म दी खुंबा है उन्होंने नाम लिखिया थले फोटो आया आ है जेड़ा ना जिद्दां हुण किते तुसीं जांदे ते इहदे विच इन्होंने पानी भरिया हुंदा ठीक है आ इन्होंने जानवरां वास्ते इदां घुरना जिहा बणाया इत्थों जानवर ने बढ़ जाणा ते विच अपणियां कहानियां बणांदे हुंदे पता तुहानूं अपणियां कहानियां उन्होंने बणाया ठीक है आ फोटो भी देख लो थोड़ी की काम करते कि काम होंगे ही सारा कुछ जो सानू पता है दसी जाने आ देखो एक आज थले भी सोहना है देख पुराने पहला इन्होंने देखो कितो शुरू कर दे रिक्शे जे शिकार खेड़न कुत्ते ना रखे पे ते वो है
ਆਹ ਦੇਖੋ ਪੁਰਾਣੇ ਟਾਈਮ ਦਾ ਨਾ ਉਹਨਾਂ ਨੇ ਨਾ ਘਰ ਬਣਾਇਆ ਪੁਰਾਣੇ ਟਾਈਮ ਦੇ ਵਿੱਚ ਵੀ, ਤੇ ਪੁਰਾਣੇ ਟਾਈਮ 'ਚ ਇੱਦਾਂ ਹੈਗਾ ਥੱਲੇ ਹੈ ਅਤੇ ਥੱਲੇ ਵੱਖਰਾ, ਜਿਹੜੇ ਬੰਦਿਆਂ ਨੇ ਉੱਪਰ ਜਾਣਾ ਪੌੜੀ ਚੜ੍ਹ ਕੇ ਤਾਂ ਉੱਪਰ ਰਹਿੰਦੇ ਹੈ ਨਾ, ਅਤੇ ਇੱਧਰ ਆ ਦੂਆ ਕਿ ਵੀ ਆਪਣੀਆਂ ਗੱਡੀਆਂ ਗੁੱਡੀਆਂ ਰੱਖੀਆਂ, ਆਹ ਸਵੀਮਿੰਗ ਪੂਲ ਉਹਨਾਂ ਨੇ ਬਣਾਇਆ ਪੁਰਾਣੇ ਟਾਈਮ 'ਚ ਵੀ, ਸਵੀਮਿੰਗ ਪੂਲ ਇੱਦਾਂ ਬਣਾਇਆ ਦੇਖੋ, ਜਿੱਦਾਂ ਪਹਾੜਾਂ 'ਚ ਨਹੀਂ ਘਰ ਹੁੰਦੇ ਸੀ ਉੱਦਾਂ ਦਾ ਘਰ ਹੈ, ਮਤਲਬ ਪਹਾੜਾਂ 'ਚ ਉੱਦਾਂ ਆਹ ਖੂਹ ਵੀ ਹੈਗਾ। ਚਲੋ ਤੁਸੀਂ ਮਸ਼ੀਨ ਦਾ ਨਹੀਂ ਪਤਾ, ਇਹ ਹੈਗਾ ਉਹ ਜਿਹੜਾ ਕਟਰ ਦਾ, ਜਿੱਦਾਂ ਨਾ ਪੇਪਰ ਕੱਟਣ ਨੂੰ ਲਿਖਿਆ ਪਪਲ, ਸਾਰਾ ਖੇਤੀ ਦਾ ਕੰਮ ਵਿੱਚ ਆ ਗਿਆ ਨਾ ਉਹ, ਤੇ ਆਹ ਦਾਤੀਆਂ ਲੁੱਟੀਆਂ ਹੁੰਦਾ ਉਹ, ਉਹਦੇ ਲਈ ਆ ਫਾਲੇ ਜੇ ਲੱਗੇ ਸ਼ਾਇਦ ਉਹੀ ਲੱਗਦਾ, ਫਾਲੇ ਲੱਗਦੇ ਆ ਸਾਹਮਣੇ, ਆ ਤਿੰਨ ਤੇ ਦੋ ਪੰਜ ਫਾਲੇ ਤਾਂ ਤੋਰਨਾ, ਤੇ ਫਿਰ ਉਹ ਆ ਜਿੱਦਾਂ ਨਾ ਜੋਤ ਦੇ ਪੰਜਾਲੀ ਕਹਿੰਦੇ ਹੁੰਦੇ, ਪੰਜਾਲੀ ਕਹਿੰਦੇ ਸਾਨੂੰ ਪਤਾ ਹੈ, ਪੰਜਾਲੀ ਪੁਰਾਣੀ ਪੰਜਾਲੀ ਸਾਡੇ ਹੋਰ ਤਰ੍ਹਾਂ ਦੀ ਹੁੰਦੀ ਸੀ ਸਿੱਧਰ ਜੀ ਇੱਦਾਂ। ਆਹ ਦੇਖੋ ਟੂਟੀਆਂ, ਇੱਧਰ ਹੈ ਟੂਟੀਆਂ ਪੁਰਾਣੀਆਂ, ਪੂਰੀ ਪ੍ਰੋਪਰ ਹੱਲ ਜਿਹਨੂੰ ਹੱਲ ਕਹਿੰਦੇ ਹੈ, ਤੇ ਇੱਥੇ ਸੋਹਣਾ ਹੈ ਸਭ ਕੁਛ, ਉਹ ਬਾਅਦ 'ਚ ਦੇਖਦੇ ਹਾਂ। ਆਹ ਦੇਖੋ ਕਿੱਦਾਂ ਹੱਲ ਹੋਣਾ, ਜੋਤਿਆ ਪਿਆ ਉਹਦੇ ਨਾਲ, ਇਹ 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 ਕੋਈ ਵੀ ਘੋੜੇ ਨਾਲ ਹੀ ਹੈ ਭਾਈ, ਗਧੇ ਨਾਲ, ਗਧਾ ਆਹੋ ਦੇਖ ਲਓ, ਇਹ ਘੋੜਾ ਗਧਾ ਕੁਛ ਇੱਦਾਂ ਦੀ ਚੀਜ਼ ਨਾਲ ਹੀ ਹੈ ਜੋਤੇ ਪਏ। ਦੇਖੋ ਮੈਂ ਪਛਾਣ ਲਈ, ਇਹ ਹੱਲ ਹੈ ਆਹ ਥੱਲਿਓ ਪੱਟਣ ਵਾਲਾ ਜੀ, ਅਤੇ ਆਹ ਵੀ ਹਾਲੀ ਹੈ ਜਿਹੜਾ ਅੰਦਰ ਲਾਈ ਹੈ, ਇੱਦਾਂ ਦੇ ਜਿਹੜਾ ਡਿਜ਼ਾਈਨ ਦੀ ਹੁੰਦੀ ਸੀ, ਕਿੱਦਾਂ ਦੀ ਹੈ ਡਿਜ਼ਾਈਨ ਦੇਖੋ ਕਿੰਨਾ ਸੋਹਣਾ। ਇੱਕ ਆਹ ਆ ਗਈ ਮਸ਼ੀਨ, ਕੋਈ ਇਹ ਵੀ ਹਾਲ ਹੈ, ਆਹ ਮਗਰ ਹਾਲ ਹਾਲ ਹੈ, ਤੇ ਇਹ ਹਾਲ ਹੈ ਉਹਦੇ ਨਾਲ ਇੰਜਨ ਨਾਲ ਚਲਾ, ਇਹ ਇੰਜਨ ਵਾਲੇ ਥੋੜਾ ਜਿਹਾ ਵਧੀਆ ਹੋ ਗਿਆ, ਇਹ ਫਿਰ ਆਹ ਜਿਹੜਾ ਸਾਹਮਣੇ ਹੈ ਇਹ ਸਮਾਨ ਢੋਣ, ਤੇ ਉਹ ਜਿੱਦਾਂ ਸਾਹਮਣੇ ਆਹ ਸੇਮ ਜਿਹੜਾ ਇੰਜਨ ਹੈ ਨਾ, ਆਹ ਸੇਮ ਇਹਦੀ ਫੋਟੋ, ਆਹ ਇਹ ਫੋਟੋ ਹੈ, ਇਦਾਂ ਹਾਲ ਬੰਦੇ ਜੀ ਆਏ ਸੀਗੇ ਕੋਈ ਦੇਖਦੇ ਪਏ ਅਸੀਂ ਕਿ ਕਾਹਨੂੰ, ਉਹਨਾਂ ਦੇ ਰੰਗ 'ਚ ਭੰਗ ਪਾਉਣਾ, ਅਸੀਂ ਆਪਣਾ ਬੋਲਣਾ, ਉਹਨਾਂ ਕਹਿਣਾ ਪਤਾ ਨਹੀਂ ਕੀ ਕਰੀ ਜਾਂਦੇ। ਆਹ ਸਾਰਾ ਕਿਚਨ ਹੈ, ਕਿਚਨ ਦਾ ਸਮਾਨ ਹੈ ਇੱਧਰ, ਮਤਲਬ ਕਿ ਇੱਕ ਕਿਚਨ ਹੀ ਬਣੀ ਪਈ ਹੈ, ਵੀ ਕਿਚਨ 'ਚ ਕੀ ਹੁੰਦਾ ਦੇਖੋ, ਆਹ ਰੇਡੀਓ ਵਗੈਰਾ ਰੱਖੇ ਆ, ਟੈਮ ਪੀਸ ਰੱਖਿਆ ਪੁਰਾਣਾ, ਅਤੇ ਉੱਥੋਂ ਥੱਲੇ ਆ ਜਾਓ ਫਿਰ, ਇੱਥੇ ਮੇਰੇ ਖਿਆਲ ਪਤਾ ਨਹੀਂ ਕਿੱਦਾਂ ਕੀ ਹੈ, ਚੁੱਲ੍ਹੇ ਜੇ ਕੀ ਹੈ, ਚਿਮਣੀ ਜੀ ਖਾਣਾ ਬਣਾਉਂਦੇ ਹੁੰਦੇ, ਬਣਾਇਆ ਅੱਗ ਵਾਲਾ ਜਿਹੜਾ ਆਹ ਸਿਸਟਮ ਨਾ ਕਰ ਸਾਡੇ ਵੀ ਹੁੰਦੇ ਹੁੰਦੇ ਸੀ, ਆਹ ਦੇਖੋ ਪੂਰਾ ਇੱਦਾਂ ਇੱਦਾਂ ਹੈ, ਰਸੋਈ ਬਹੁਤ ਵਧੀਆ ਪਸੰਦ ਆਈ, ਸੋਹਣੀ ਲੱਗੀ ਮੈਨੂੰ ਰਸੋਈ 'ਚ ਜਾਣ ਦਾ ਦਿਲ ਨਹੀਂ ਕਰਦਾ, ਮੇਰਾ ਭਾਂਡੇ ਭੁੰਡੇ ਬਹੁਤ ਸੋਹਣੇ ਆ, ਦੇਖੋ ਕਿੱਦਾਂ ਦੇ ਭਾਂਡੇ ਆ ਸਾਰਾ ਜਿਹੜਾ ਮਿੱਟੀ ਦੇ ਭਾਂਡੇ ਆ ਸਾਰੇ, ਤੇ ਆਹ ਪਤਾ ਕੀ ਹੈ, ਆਹ ਜਿਹੜੀ ਤੋਰੀ ਨਹੀਂ ਹੁੰਦੀ ਉਹ, ਉਹਦਾ ਵਿੱਚੋਂ ਗੁੱਦਾ ਜਿਹਾ ਨਿਕਲ ਜਾਂਦਾ ਸੋਕੇ, ਉਹ ਚੀਜ਼ ਹੈ, ਹੱਥ ਨਹੀਂ ਲੈਣਾ ਪਤਾ ਨਹੀਂ ਉਹ ਕੁਛ ਕਹਿਣ ਨਾ, ਤੇ ਉਹ ਚੀਜ਼ ਹੈ, ਉਹ ਚੀਜ਼ ਹੈ ਜਿੱਦਾਂ ਹੁਣ ਭਾਂਡੇ ਸਾਫ਼ ਕਰਨ ਨੂੰ ਪਹਿਲਾਂ ਪਹਿਲਾਂ ਵਰਤਦੇ ਸੀਗੇ, ਉਹ ਚੀਜ਼ ਆ, ਇਹ ਸਾਰੇ ਭਾਂਡੇ ਸਾਫ਼ ਕਰਨ ਵਾਲੀ ਚੀਜ਼ਾਂ ਵਾਲੀ ਚੀਜ਼ਾਂ ਹੈ। ਲਓ ਜੀ ਕਿਚਨ ਦੇਖ ਲਓ, ਬਾਲੇ ਕਹਿੰਦੀ ਮੇਰਾ ਜਾਣ ਨੂੰ ਦਿਲ ਨਹੀਂ ਕਰਦਾ, ਪਰ ਉੱਦਾਂ ਪੁਰਾਣੇ ਜ਼ਮਾਨੇ ਦੀ ਚੀਜ਼ ਨਾ ਇਹ, ਬੜੀ ਛੇਤੀ ਮਿੰਟ 'ਚ ਸੁੱਟ ਦਿੰਦੀ ਹੈ, ਤਾਂ ਅੱਜ ਦੇਖ ਕਿੱਦਾਂ ਕਹਿ ਰਹੀ ਹੈ ਖਰਾਬ ਹੋ ਜਾਂਦੀ ਚੀਜ਼ਾਂ ਤਾਂ ਹੀ ਸੁੱਟਦੇ ਆ, ਉਹ ਟੂਟੀ ਲੱਗੀ ਹੈ, ਨਲਕਾ ਹੈ, ਆਹ ਪੁਰਾਣੇ ਜ਼ਮਾਨੇ ਦੇਖੋ, ਅੱਜ ਦਾ ਡੋਲੂ ਤੁਸੀਂ ਦੇਖਿਆ ਹੋਣਾ ਪੁਰਾਣੇ ਜ਼ਮਾਨੇ, ਆਹ ਦੇਖੋ ਡਾਇਨਿੰਗ ਟੇਬਲ ਹੈ, ਹੱਥ ਨਾਲ ਪੀਣਾ ਹਨਾ, ਹੱਥ ਨਾਲ ਇੱਧਰ ਪਾਰਲਰ ਦਾ ਕੰਮ ਹੈ, ਮੈਂ ਮਾੜਾ ਜਿਹਾ ਨਜ਼ਰ ਮਾਰ ਲਈ ਕਿ ਮੈਂ ਕਿਹਾ ਪਾਰਲਰ ਦਾ ਹੈ ਇੱਧਰ, ਮਤਲਬ ਕਿ ਆਹ ਦੇਖ ਲਓ ਟੱਬ ਬਣਾਇਆ, ਟਾਵਲ ਟੰਗਿਆ, ਟਾਵਲ ਇੱਥੇ ਧੋਣ ਲਈ ਸਿਰ ਸੁੱਟਦੇ ਆ, ਆਹ ਦਾ ਸ਼ੀਸ਼ਾ ਸ਼ੂਸ਼ਾ, ਸ਼ੀਸ਼ਾ ਲਾਇਆ, ਆਹ ਕੈਂਚੀ ਹੈ ਦੇਖੋ, ਉਸਤਰੇ ਹੈਗੇ ਆ, ਲੱਕੜ ਦੇ ਜੁੱਤੇ, ਜੁੱਤੀਆਂ ਵੀ ਸੀਗੀਆਂ ਪਹਿਲਾਂ ਲੋਕੀ ਪਾਉਂਦੇ, ਸਾਰਾ ਕੁਛ ਇਹਦੇ ਅੰਦਰ ਹੈ, ਉਹਨਾਂ ਨੇ ਬਾੜਿਆ ਔਰ ਇਹਨੂੰ ਲਾਇਆ ਹੈ ਲੋਕ, ਕੋਈ ਵੀ ਨਾ ਖੋਲੇ, ਆਹ ਸਾਰਾ ਅੱਗੇ ਬੁਣਾਈ ਦਾ ਕੰਮ, ਹੱਥਾਂ ਦੇ ਨਾਲ ਕੱਪੜੇ ਕੱਪੜੇ ਬਣਾਏ ਆ ਸਾਰੇ ਕੁਛ, ਪਹਿਲੇ ਟਾਈਮ ਦੇ ਵਿੱਚ ਨਾ ਹੱਥਾਂ ਦੇ ਤਾਂ ਟੋਪੀਆਂ ਕਰੋਸ਼ੀਏ ਨਾਲ ਕੀ ਬਣਾਇਆ, ਜੋ ਵੀ ਸਾਰਾ ਕੁਛ ਹੀ ਹੈ। ਅਸੀਂ ਮਿਊਜ਼ੀਅਮ ਘੁੰਮ ਫਿਰ ਲਿਆ ਸਾਰਾ, ਅਸੀਂ ਇਸ ਰੂਮ 'ਚ ਆਏ ਹਾਂ ਜਿੱਥੇ ਬੱਚਿਆਂ ਵਾਲਾ, ਇੱਥੇ ਸਾਨੂੰ ਜ਼ਿਆਦਾ ਹੀ ਵਧੀਆ ਲੱਗਣ ਡਿਆ, ਕੁਛ ਪਿਕਚਰਾਂ ਵਗੈਰਾ ਲੱਗੀਆਂ, ਅਤੇ ਨਾਲੇ
ਬੈਟਰੀ ਵੀ ਥੋੜੀ ਘੱਟ ਹੀ ਹੈ ਬੈਟਰੀ ਘੱਟ ਹੈ ਤਾਂ ਅਸੀਂ ਸੋਚਿਆ ਵੀ ਪਤਾ ਨਹੀਂ ਤੇ ਚਾਰਜਰ ਅਸੀਂ ਦੇਖਿਆ ਨਹੀਂ ਸੀਗਾ ਤੇ ਪਤਾ ਨਹੀਂ ਕਿਤੇ ਬੇਜੀ ਨਾ ਬੰਦ ਹੋ ਜਾਵੇ ਬਾਕੀ ਜੋ ਜੋ ਜਾਣਕਾਰੀ ਸੀਗੀ ਜ਼ਿਆਦਾ ਤਾਂ ਨਹੀਂ ਸੀ ਮੈਨੂੰ ਤਾਂ ਇਹਨਾਂ ਨੂੰ ਥੋੜ੍ਹਾ ਬਹੁਤਾ ਪਤਾ ਸੀਗਾ ਇਹਨੇ ਬਹੁਤ ਕੁਝ ਦੱਸਿਆ ਤੁਹਾਨੂੰ ਪਤਾ ਨਾ ਕਿਉਂਕਿ ਇਹਨੂੰ ਜ਼ਿਆਦਾ ਬਹੁਤ ਜਾਣਕਾਰੀ ਸੀਗੀ ਤਾਂ ਅਤੇ ਇਹ ਕੈਮਰੇ ਦੇ ਪਿੱਛੇ ਜ਼ਿਆਦਾ ਬੋਲਦੇ ਹੁੰਦੇ ਅੱਗੇ ਘੱਟ ਬੋਲਦੇ ਹੁੰਦੇ ਠੀਕ ਹੈ ਬਾਕੀ ਜਿੰਨਾ ਕੁ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਤੀ ਮਿਊਜ਼ੀਅਮ ਸੋਹਣਾ ਸੀਗਾ ਦੇਖ ਲਿਆ ਬਲੌਗ ਅਸੀਂ ਅੱਜ ਮਿਊਜ਼ਿਕ ਵਾਲਾ ਸ਼ੇਅਰ ਕੀਤਾ ਵਧੀਆ ਲੱਗਾ ਵਧੀਆ ਲੱਗਾ ਅਤੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਅਤੇ ਨੈਕਸਟ ਵਲੌਗ ਵਿੱਚ ਸਬਸਕ੍ਰਾਈਬ ਤੁਸੀਂ ਕਰ ਲਿਓ ਸਾਡੇ ਚੈਨਲ ਨੂੰ ਤਾਂ ਇੱਦਾਂ ਦੀਆਂ ਹੋਰ ਵੱਧ ਤੋਂ ਵੱਧ ਅਸੀਂ ਵਧੀਆ ਤੋਂ ਵਧੀਆ ਚੀਜ਼ਾਂ ਤੁਹਾਨੂੰ ਦਿਖਾਉਂਦੇ ਰਹੀਏ ਤੁਹਾਡੇ ਲਈ ਲੈ ਕੇ ਆਈਏ ਅਤੇ ਮਿਲਦੇ ਹਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ।